ਜਿੱਥੇ ਪੰਜਾਬ ਸਰਕਾਰ ਵੱਲੋਂ ਜੰਗਲਾਤ ਮਾਫੀਆ ਤੇ ਖਨਨ ਮਾਫੀਆ ਤੇ ਸ਼ਿਕੰਜਾ ਕਸਦਾ ਹੀ ਜਾ ਰਿਹਾ ਉੱਥੇ ਜੰਗਲਾਂ ਦੀ ਛੇੜਛਾੜ ਕਰਕੇ ਪੰਚਾਇਤ ਵੱਲੋਂ ਮਨਮਰਜ਼ੀਆਂ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਖਨਨ ਅਤੇ ਜੰਗਲਾਤ ਜਿਹੜੀ ਕਿ ਪੰਚਾਇਤ ਦੀ ਸੰਪਤੀ ਹੁੰਦੀ ਹੈ ਇਹਨੂੰ ਬਰਬਾਦ ਵੀ ਕੀਤਾ ਜਾ ਰਿਹਾ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਬ ਡਿਵੀਜ਼ਨ ਗੜ੍ਹ ਸ਼ੰਕਰ ਦੇ ਪਿੰਡ ਰਾਮਪੁਰ ਦਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਸਰਪੰਚ ਤਰਸੇਮ ਸਿੰਘ ਤੇ ਨਜਾਇਜ਼ ਖੇਹਰ ਦੀ ਲੱਕੜ ਕਟਵਾਉਣ ਦੇ ਦੋਸ਼ ਲੱਗ ਰਹੇ ਨੇ ਇਸੇ ਸੰਬੰਧ ਵਿੱਚ ਪੰਚਾਇਤ ਨੇ ਆਖਿਆ ਕਿ ਜੰਗਲ ਦੀ ਖੈਰ ਦੀ ਲੱਕੜ ਦੀ ਕਟਾਈ ਜੰਗਲਾਤ ਅਧਿਕਾਰ ਦੇ ਧਿਆਨ ਵਿੱਚ ਅਤੇ ਕਾਨੂੰਨ ਅਨੁਸਾਰ ਕੀਤੀ ਗਈ ਹੈ ਉਧਰ ਇਸ ਮਾਮਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਜੋ ਵੀ ਜੰਗਲਾਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਕੋਈ ਸਰਪੰਚ ਜਿਹੜਾ ਹੋਵੇ ਸਰਪੰਚ ਹੋਵੇ ਖੜਪੰਚ ਹੋਵੇ ਕੋਈ ਹੋਵੇ ਆਮ ਬੰਦਾ ਹੋਵੇ ਜਿਹੜਾ ਨੁਕਸਾਨ ਜੰਗਲਾਤ ਦਾ ਕਰੂਗਾ ਉਹਨੂੰ ਠੋਕਾਂਗੇ ਜਮਾਨਤਰੀ ਹੁੰਦੇ ਮੈਂ ਅੱਜ ਹੀ ਇਨਕੁਆਇਰੀ ਫਿਕਸ ਕਰਦਾ ਜਿਹੜਾ ਹੋਇਆ ਉਹਨੂੰ ਫੌਰਨ ਤੌਰ ਤੇ ਬਣਦੀ ਕਾਰਵਾਈ ਕਰਾਂਗੇ।